ਹੈਲੋ एवरीवन ਹੋਰ ਕੀ ਹੋਇਆ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਕਿ ਠੀਕ ਹੀ ਹੋਵੋਗੇ ਤੇ ਮੈਂ ਤੁਹਾਡੇ ਨਾਲ ਅੱਜ ਪਨੀਰ ਦੀ ਪੂਰਜੀ ਇੱਕ ਸਪੈਸ਼ਲ ਦੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਵਿੱਚ ਮੈਂ Shimla mirch ਪਈ ਹੈ ਤੇ ਬਹੁਤ ਹੀ ਟੇਸਟੀ ਬਣੀ ਹੈ ਇਹਦੇ ਲਈ ਆਪਾਂ ਨੂੰ ਟਮਾਟਰ ਚਾਹੀਦਾ ਤੇ Shimla mircha, ਹਰੀਆਂ ਮਿਰਚਾਂ, ਪਿਆਜ਼ ਤੇ ਹਰਾ ਧਨੀਆ ਤੇ ਤੇਲ ਤੇ ਪਨੀਰ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਕੜਾਈ ਗਰਮ ਧਰਤੀ ਗੈਸ ਤੇ ਉੱਤੇ ਗਰਮ ਹੋ ਗਈ ਕੜਾਈ ਤੇ ਉਹਦੇ ਵਿੱਚ ਤੇਲ ਪਾਇਆ ਆਇਲ 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 ਮਤਲਬ ਮੈਂ ਤੇਲ ਯੂਜ਼ ਕੀਤਾ ਤੁਸੀਂ ਜਿਹੜਾ ਥੋੜਾ ਦਿਲ ਕਰਾ ਤੁਸੀਂ ਉਹ ਆਇਲ ਯੂਜ਼ ਕਰ ਸਕਦੇ ਹੋ ਤੇ ਜਦੋਂ ਕੜਾਈ ਗਰਮ ਹੋ ਗਈ ਥੋੜਾ ਤੇਲ ਵੀ ਗਰਮ ਹੋ ਗਿਆ ਫਿਰ ਆਪਾਂ ਵਿੱਚ ਇਹਦੇ ਜੀਰਾ ਪਾਵਾਂਗੇ ਤੇ ਮਤਲਬ ਥੋੜਾ ਗਰਮ ਜਿਹਾ ਹੋਵੇ ਤੇਲ ਫੇਰ ਹੀ ਆਪਾਂ ਜੀਰਾ ਪਾਉਣਾ ਵਾ ਜਾਨੀ ਕਿ ਵੀ ਬੱਚ ਪੁੱਜ ਜਾਊਗਾ ਚੰਗੀ ਤਰ੍ਹਾਂ ਜੀਰਾ ਫਿਰ ਤੇ ਕੱਚੇ ਜੇ ਤੇਲ ਵਿੱਚ ਜਾਨੀ ਕਿ ਜੋ ਠੰਡੇ ਚ ਫਿਰ ਉਹਦਾ ਟੇਸਟ ਨਹੀਂ ਵਧੀਆ ਰਹਿੰਦਾਗਾ ਤੇ ਹੁਣ ਆਪਾਂ ਜਿਹੜਾ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਇਹਦੇ ਚ ਜੀਰਾ ਐਡ ਕਰਤਾ ਹਨਾ ਤੇ ਜੀਰਾ 1 ਮਿੰਟ ਭੁੰਨਾਗੇ ਆਪਾਂ ਤੇ ਗਰਮ ਤੇਲ ਦੇ ਵਿੱਚ ਜੀਰਾ ਜਦੋਂ ਭੁੱਜ ਜਾਂਦਾ ਤਾਂ ਉਹਦਾ ਸਬਜੀ ਦਾ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਜੀਰੇ ਦਾ ਕਿਸੇ ਵੀ ਚੀਜ਼ ਚ ਜਦੋਂ ਆਪਾਂ ਪਾਉਣਾ ਹੁੰਦਾ ਤੇ ਫਿਰ ਆਪਾਂ ਗਰਮ ਤੇਲ ਦੇ ਵਿੱਚ ਹੀ ਪਾਉਨੇ ਆ ਤੇ ਜਦੋਂ ਠੰਡੇ ਤੇਲ ਵਿੱਚ ਇੱਕਦਮ ਜੀਰਾ ਸੁੱਟ ਕੇ ਵਿੱਚ ਆਪਾਂ ਦੂਜੇ ਇਨਗਰੀਡੀਅੰਟਸ ਪਾ ਦਿੰਦੇ ਹਾਂ ਦੂਜੀਆਂ ਚੀਜ਼ਾਂ ਜਿਹੜੀਆਂ ਪਾਉਣੀਆਂ ਹੁੰਦੀਆਂ ਤੇ ਉਹਦੇ ਚ ਨਾ ਜੀਰੇ ਦਾ ਟੇਸਟ ਵਧੀਆ ਜਿਆ ਨਹੀਂ ਆਉਂਦਾ ਜਿੰਨਾ ਪੁੱਜ ਜਾਂਦਾ ਉਹਨਾਂ ਵਧੀਆ ਰਹਿੰਦਾ ਫਿਰ ਆਪਾਂ ਇਹਦੇ ਚ ਪਿਆਜ਼ ਪਾਤੇ ਆ ਤੇ ਪਿਆਜ਼ ਤੁਸੀਂ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਜੇ ਤੁਸੀਂ ਜਿਵੇਂ ਕਿਵੇਂ ਵੱਧ ਯੂਜ਼ ਕਰਦੇ ਹੋ ਜਾਨੀ ਕਿ ਪ੍ਰੀਰ ਦੇ ਹਿਸਾਬ ਨਾਲ ਤੇ ਘੱਟ ਮੈਂ ਥੋੜੀ ਜਿਹੀ ਪਿਆਜ਼ ਪਾ ਲਈ ਇੱਕ ਵੱਡਾ ਪਿਆਜ਼ ਸੀਗਾ ਤੇ ਉਹ ਮਤਲਬ ਛਿੱਲਿਆ ਮੈਂ ਕੱਟ ਲਿਆ ਤੇ ਪਨੀਰ ਲੈ ਲਿਆ ਸੀਗਾ ਤੇ ਪਨੀਰ ਨੂੰ ਚੰਗੀ ਤਰ੍ਹਾਂ ਧੋਤਾ ਸੀ ਪਹਿਲਾਂ ਮੈਂ ਧੋ ਕੇ ਤੇ ਫਿਰ ਆਪਾਂ ਇਹਨੂੰ ਮਤਲਬ ਕਰਨਾ ਤਿਆਰ ਤੇ ਹੁਣ ਪਿਆਜ਼ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਪਿਆਜ਼ ਦੇ ਵਿੱਚ ਨਾ ਥੋੜਾ ਜਿਹਾ ਨਮਕ ਐਡ ਕਰਤਾ ਮੈਂ ਨਮਕ ਪਾ ਲਿਆ ਲੂਣ ਤੇ ਲੂਣ ਪਾ ਕੇ ਤੇ ਇਹਨੂੰ 1 2 2 ਮਿੰਟ ਮੈਂ ਭੁੰਨਿਆ ਇਹਨੂੰ ਚੰਗੀ ਤਰ੍ਹਾਂ ਤੇ ਭੁੰਨ ਕੇ ਫਿਰ ਆਪਾਂ ਇਹ ਇਹ ਜਿਹੜਾ ਪਿਆਜ਼ ਲੂਣ ਦੇ ਵਿੱਚ ਭੁੱਜਦੇ ਨੇ ਨਾ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਵਾ ਤੇ ਥੋੜੇ ਜਿਹਾ ਸੌਫਟ ਹੋ ਗਏ ਆ ਤੇ ਫਿਰ ਹੁਣ ਇਹਦੇ ਚ ਮੈਂ ਟਮਾਟਰ ਤੇ Shimla mirch ਤੇ ਹਾਂ ਹਰੀ ਮਿਰਚ ਤਿੰਨ ਜੀ ਜੈ ਐਡ ਕਰਤੀਆਂ ਇਹਦੇ ਚ ਤੇ ਇਹਦੇ ਚ ਜਦੋਂ ਆਪਾਂ ਪਿਆਜ਼ ਦੇ ਵਿੱਚ ਇਹ ਪਾਤੀਆਂ ਤੇ ਹੁਣ ਆਪਾਂ ਭੁੰਨਾਂਗੇ 2 ਤੋਂ 3 ਮਿੰਟ ਭੁੰਨਾਂਗੇ ਜਾਨੀ ਕਿ ਸੌਫਟ ਹੋ ਜੂ ਤੇ ਜਿਹੜਾ ਟਮਾਟਰ ਹੁੰਦਾ ਵਾ ਉਹ ਵੀ ਜਾਨੀ ਕਿ ਸੌਫਟ ਜਿਹਾ ਹੋ ਜਾਂਦਾ ਵਾ ਨਰਮ ਹੋ ਜਾਂਦਾ ਤੇ ਉਹਦੇ ਨਾਲ ਫਿਰ ਵਧੀਆ ਬਣਦਾ ਤੇ ਹੁਣ ਮੈਂ ਪਨੀਰ ਲੈ ਪਨੀਰ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਤੇ ໂຕ ਕੇ ਤੇ ਫੇਰ ਆਪਾਂ ਇਹਨੂੰ ਕੱਟ ਕੇ ਤੇ ਇਹਨੂੰ ਨਾ ਹੱਥ ਦੇ ਨਾਲ ਮਸਲ ਜੇ ਲਵਾਂਗੇ ਜਾਨੀ ਕਿ ਜਿਵੇਂ ਬਰੀਕ ਬਰੀਕ ਜਿਹਾ ਹੋ ਜਾਊਗਾ ਪੀਸਿਸ ਵੀ ਕੱਟੇ ਜਾਂਦੇ ਪਰ ਜਦੋਂ ਹੁਣ ਆਪਾਂ ਪੁਰਜੀ ਘੈਤੀ ਤੇ ਪੁਰਜੀ ਦੇ ਹਿਸਾਬ ਨਾਲ ਫੇਰ ਉਹ ਪੀਸਿਸ ਨਹੀਂ ਪਾਏਗੇ ਨਿੱਕੇ ਕਰਕੇ ਆਪਾਂ ਜਿਵੇਂ ਆਏ ਮਸਲ ਜੇ ਕਰ ਲਿਆ ਮੈਸ਼ ਜਿਹਾ ਕਰ ਲਿਆ ਇਹ ਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਬਣਦੀ ਹੈ ਪੁਰਜੀ ਇਹ ਤੇ ਸਾਰੇ ਆਪਾਂ ਪਨੀਰ ਨੂੰ ਇਦਾਂ ਮੈਸ਼ ਕਰ ਲਿਆ ਸੀਗਾ ਤੇ ਹੁਣ ਦੇਖ ਲਓ ਕਿ ਇਦਾਂ ਬਣ ਗਿਆ ਸਾਰਾ ਹਨਾ ਤੇ ਇਧਰ ਆਪਣੀ ਸਬਜੀ ਜਿਹੜੀ ਆ ਜਿਹੜੀਆਂ ਵੈਜੀਟੇਬਲ ਆਪਾਂ ਇਧਰ ਬਣ ਰਹੀਆਂ ਵਾਂ ਤੇ ਤੜਕਾ ਤਿਆਰ ਹੋ ਰਿਹਾ ਤੇ ਇਹਦੇ ਚ ਮੈਂ ਹਲਦੀ ਵੀ ਪਾਈ ਆ ਤੇ ਕੋਰੀਂਡਰ ਪਾਊਡਰ ਜਿਹੜਾ ਧਨੀਆ ਪਾਊਡਰ ਹੁੰਦਾ ਉਹ ਪਾਇਆ ਵਾ ਤੇ ਨਮਕ ਤੇ ਲਾਲ ਮਿਰਚ ਤੇ ਹਲਦੀ ਵੀ ਐਡ ਕੀਤੀ ਤੇ ਨਮਕ ਪਹਿਲਾਂ ਵੀ ਮੈਂ ਪਾਇਆ ਸੀ ਪਿਆਜ਼ ਵਿੱਚ ਤੇ ਹੁਣ ਦੁਬਾਰਾ ਫੇਰ ਪਾ ਲਿਆ ਤੇ ਇਹ ਤੁਸੀਂ ਆਦੇ ਟੇਸਟ ਦੇ ਅਨੁਸਾਰ ਲੂਣ ਮਿਰਚ ਪਾਉਣਾ ਵਾ ਜਿੰਨਾ ਤੁਸੀ ਮਤਲਬ ਜੇ ਘੱਟ ਖਾਣੇ ਹੋ ਤਾਂ ਉਸ ਹਾਂਣਾ ਜੇ ਵੱਧ ਖਾਣੇ ਹੋ ਤਾਂ ਉਸ ਹਾਂਣਾ ਤੇ ਇਹ ਆਪਣੇ ਟੇਸਟ ਅਸਾਰ ਤੁਸੀਂ ਮਸਾਲੇ ਪਾ ਸਕਦੇ ਹੋ ਤੇ ਮੈਂ ਉਸ ਤੋਂ ਬਾਅਦ ਵਿੱਚ ਆਮਚੂਰਨ ਥੋੜਾ ਜਿਹਾ ਪਾਉਣਾ ਵਾ ਇਹ ਥੋੜਾ ਪੁੱਜ ਜ ਗਿਆ ਨਾ ਜਦੋਂ ਇੱਕ ਮਿੰਟ ਤੇ ਉਸ ਤੋਂ ਬਾਅਦ ਫਿਰ ਮੈਂ ਵਿੱਚ ਤੇ ਪਾਇਆ ਆਮਚੂਰਨ ਪਾਊਡਰ ਪਾਉਣਾ ਵਾ ਆਮਚੂਰਨ ਤੋਂ ਬਾਅਦ ਵਿੱਚ ਫਿਰ ਆਪਾਂ ਇਹਨੂੰ ਥੋੜੀ देर ਭੁੰਨਾਂਗੇ ਤੇ ਇਹ ਜਿਹੜਾ ਮਸਾਲਾ ਜਿਆ ਪਹਿਲਾਂ ਸੌਫਟ ਜਿਹਾ ਹੋ ਜਾਏ ਜਾਨਕਿ ਪੁੱਜ ਜੇ ਜਾਵੇ ਚੰਗੀ ਤਰ੍ਹਾਂ ਕਲਰ ਵੀ ਵਧੀਆ ਆ ਜਾਂਦਾ ਜਿਹੜੇ ਹਲਦੀ ਵਗੈਰਾ ਪਾਈ ਹੁੰਦੀ ਆ ਪੁੱਜ ਜਾਂਦਾ ਵਧੀਆ ਤੇ ਇੱਕੋ ਦਮ ਨਹੀਂ ਆਪਾਂ ਸਾਰਾ ਪਾ ਕੇ ਤੇ ਫਿਰ ਆਪਾਂ ਪਨੀਰ ਵਗੈਰਾ ਵਿੱਚ ਸਿੱਧਾ ਨਹੀਂ ਪਾਉਣਾ ਹੈਗਾ ਕਿਉਂਕਿ ਪੁੱਜਦਾ ਨਹੀਂ ਹੁੰਦਾ ਤੇ ਆਹ ਮੈਂ ਥੋੜਾ ਜਿਹਾ ਆਮਚੂਰ ਪਾਊਡਰ ਐਡ ਕਰ ਲਿਆ ਵਿੱਚ ਇਹਦੇ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਵਾ ਜਾਨਕਿ ਬਹੁਤ ਸਵਾਦ ਬੰਦਦਾ ਇਹ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਇਹ ਵਾਲੀ ਪੁਰਜੀ ਦੀ ਪੁਰਜੀ ਬਹੁਤ ਸਵਾਦ ਬੰਦੀ ਆ ਇਹ ਤੇ ਜਿਹੜੇ ਨਾਨ ਵੇਜ ਆ ਜਾਨੀ ਕਿ ਨਹੀਂ ਜਿਵੇਂ ਆਂਡੇ ਵਾਲੇ ਪੁਰਜੀ ਵਗੈਰਾ ਖਾ ਲੈਂਦੇ ਆ ਹਨਾ ਉਹ ਤਾਂ ਲੱਗਾਂ ਤੇ ਜਿਹੜੇ ਆਂਡੇ ਨਹੀਂ ਯੂਜ਼ ਕਰਦੇ ਐਗ ਨਹੀਂ ਯੂਜ਼ ਕਰਦੇ ਤਾਂ ਜਿਹੜੀ ਉਹ ਪੁਰਜੀ ਇਹ ਪਨੀਰ ਦੀ ਬਣਾ ਕੇ ਖਾ ਸਕਦੇ ਆ ਕਿ ਬਹੁਤ ਵਧੀਆ ਬਣਦੀ ਆ ਇਹ ਤੇ ਇਹ ਜਿਹੜੇ ਆਪਾਂ ਮੈਸ਼ ਕੀਤੇ ਹੋਏ ਸੀਗੇ ਥੋੜੇ ਮਤਲਬ ਬ੍ਰੀਕ ਵੀ ਕਰ ਸਕਦੇ ਹੋ ਤੁਸੀਂ ਬਸ ਸਾਈਜ਼ ਮੈਂ ਠੀਕ ਜਿਹਾ ਰੱਖਿਆ ਜਾਨੀ ਕਿ ਵੀ ਇਦਾਂ ਹੀ ਬਹੁਤ ਵਧੀਆ ਲੱਗਦੇ ਆ ਤੇ ਇਹਨੂੰ ਹੁਣ ਜਿਹੜੇ ਮਸਾਲੇ ਦੇ ਵਿੱਚ ਆਪਾਂ ਮਤਲਬ ਪਾਤਾ ਇਹਨੂੰ ਇਹਨੂੰ 1-2 ਦੋ ਮਿੰਟ ਤੱਕ ਇਹਨੂੰ ਬਣ ਦੇਣਾ ਵਾ ਹਨਾ ਤੇ ਇਹਨੂੰ ਹਲਾਉਂਦੇ ਰਹੋ ਚੰਗੀ ਤਰ੍ਹਾਂ ਹਿਲਾ ਦਿਓ ਜਿਹੜੇ ਮਸਾਲੇ ਜੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਤੇ ਇਹਨਾਂ ਨੂੰ ਮਿਕਸ ਹੋਣ ਤੋਂ ਬਾਅਦ ਫਿਰ ਆਪਾਂ ਚੰਗੀ ਤਰ੍ਹਾਂ ਦੇਖ ਲਓ ਤੇ ਇਹ ਜਿਹੜੇ ਵਿੱਚ ਟਮਾਟਰ ਵਗੈਰਾ ਸੀਗੇ ਇਹ ਸੌਫਟ ਜੇ ਮਤਲਬ ਬਣ ਗਿਆ ਹਨਾ ਮਸਾਲੇ ਦੇ ਵਿੱਚ ਪਹਿਲਾਂ ਹੀ ਬਣ ਗਏ ਸੀਗੇ ਤੇ ਸ਼ਿਮਲਾ ਮਿਰਚ ਵੀ ਵਿੱਚ ਬਣ ਗਈ ਆ ਤੇ ਇਹ ਜਦੋਂ ਮਸਾਲਾ ਸਾਰਾ ਤਿਆਰ ਹੋ ਗਿਆ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਟਕਤਾਵਾ ਮਤਲਬ ਢੱਕਣ ਦੇ ਕੇ ਨੂੰ ਟਕਤਾ ਤੇ ਟਕਣ ਤੋਂ ਬਾਅਦ 2 ਕੁ ਮਿੰਟ ਬਾਅਦ ਫੇਰ ਵੇਖ ਲਓ ਕਿ ਬਹੁਤ ਵਧੀਆ ਪੁਰਜੀ ਬਣ ਗਈ ਹੈ ਆਪਣੀ ਤੇ ਹੁਣ ਜਿਹੜਾ ਆਪਾਂ ਲਾਸਟ ਤੇ ਧਨੀਆ ਹਰਿਆ ਪਾਉਣੀਆ ਹੁੰਦਾ ਉਹ ਉਹਦੇ ਬਿਨਾ ਤਾਂ ਵਧੀਆ ਲੱਗਦੀ ਹੀ ਨਹੀਂ ਸਬਜੀ ਖੀਰ ਤੇ ਤੇ ਉਹ ਹੁਣ ਮੈਂ ਪਾ ਤਾਵਾ ਤੇ ਵੇਖੋ ਬਹੁਤ ਵਧੀਆ ਬਣੀ ਗਿਆ ਤੁਸੀਂ ਵੀ ਟਰਾਈ ਕਰੋ ਜਰੂਰ ਇੱਕ ਵਾਰੀ ਵੀ ਇਹ ਵਾਲੀ ਰੈਸਪੀ ਪੁਰਜੀ ਪੁਰਜੀ ਬਣਾਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਜਰੂਰ ਕਰੋ ਤੇ ਦੱਸਿਓ ਕਿਵੇਂ ਦੇ ਲੱਗੀ ਪੁਰਜੀ ਫਿਰ ਤੁਹਾਨੂੰ ਪਨੀਰ ਵਾਲੀ ਤੇ ਜਰੂਰ ਬਣਾ ਕੇ ਦੇਖੋ ਤੇ ਬਹੁਤ ਹੀ ਸੌਫਟ ਬਣਦੀ ਆ ਤੇ ਟੇਸਟੀ ਬਹੁਤ ਬਣਦੀ ਆ ਤੇ ਤੁਸੀਂ ਜਰੂਰ ਟਰਾਈ ਕਰਿਓ ਓਕੇ ਬਾਏ ਥੈਂਕ ਯੂ ਬਾਏ ਬਾਏ